ਗਾਇਸ ਵੈਲਕਮ ਬੈਕ ਦਾ ਨਿਊ ਵਲੌਗ ਤਾਂ ਜੀ ਤੁਸੀਂ ਕਿਦਾਂ ਸਾਰੇ ਸਾਰੇ ਵਧੀਆ ਹੋਵੋਗੇ ਤੇ ਵਧੀਆ ਹੀ ਰਹਿਣਾ ਤੇ ਸੌਰੀ ਗਾਇਸ ਕਾਫੀ ਦਿਨ ਬਾਅਦ ਵਲੌਗ ਆ ਰਿਹਾ ਕਿਉਂਕਿ ਆਪਾਂ ਕੁਝ ਬਿਜ਼ੀ ਚੱਲਦੇ ਪਏ ਸੀ ਤੇ ਜਿਹਦੇ ਕਰਕੇ ਵਲੌਗ ਨਹੀਂ ਆ ਸਕਿਆ ਤੇ ਅੱਜ ਆਪਾਂ ਵਲੌਗ ਲੈ ਕੇ ਆ ਰਹੇ ਹਾਂ ਬੜੇ ਸ਼ਾਨਦਾਰ ਵਲੌਗ ਲੈ ਕੇ ਆ ਰਹੇ ਹਾਂ ਤੇ ਤੁਸੀਂ ਵੀ ਦੇਖੋਗੇ ਨਾ ਤੁਹਾਨੂੰ ਵੀ ਹਾਸਾ ਆਇਆ ਕਿ ਹਾਂ ਵਲੌਗ ਕਿੱਦਾਂ ਆਇਆ ਕਿੱਦਾਂ ਬੜੀ ਮਿਹਨਤ ਵੀ ਕੀਤੀ ਆ ਵਲੌਗ ਜਿਹੜੀ ਚਲੋ ਦਿਖਾਉਂਦੇ ਸੀ ਅੱਧੀ ਵਲੌਗ ਨਾਲ ਜੁੜੇ ਹੋ ਤੇ ਸਕਿਪ ਨਾ ਕਰੋ ਲਾਸਟ ਤੱਕ ਦੇਖਿਓ ਵਲੌਗ ਨੂੰ ਤੇ ਇੱਕ 2 ਮਿੰਟ ਦੀ ਗੱਲ ਆ ਕੋਮਾ ਤੁਹਾਨੂੰ ਸ਼ੇਅਰ ਕਰੂਗੀ ਤੇ ਕੋਮ ਤੇ ਗਾਇਸ ਜਿੱਦਾਂ ਤੁਸੀਂ ਮੇਰਾ ਮਤਲਬ ਕਿ ਪਿਛਲਾ ਵਲੌਗ ਦੇਖਿਆ ਹੀ ਹੋਏਗਾ ਐਂਡ ਉਹ ਵਲੌਗ ਮੈਂ ਕਾਫੀ ਦਿਨ ਹੋ ਗਏ ਪੋਸਟ ਕੀਤੇ ਨੂੰ ਵਿੱਚ ਤਾਂ ਥੋੜਾ ਗੈਪ ਪੈ ਗਿਆ ਸੀ ਕਿਉਂਕਿ ਥੋੜੀ ਪ੍ਰੋਬਲਮ ਚੱਲ ਰਹੀ ਸੀ ਇਸ ਕਰਕੇ ਕੋਈ ਵੀਡੀਓ ਸ਼ੂਟ ਨਹੀਂ ਕੀਤੀ ਹੈਗੀ ਸੀ ਐਂਡ ਉਹ ਵਲੌਗ ਮੈਂ ਜੋ ਵੀ ਸੀਗਾ ਆਪਣਾ ਪੋਸਟ ਕੀਤਾ ਸੀਗਾ ਮਾਰਨਿੰਗ 10 ਵਜੇ ਐਂਡ ਮਾਰਨਿੰਗ 10 ਵਜੇ ਮੈਂ ਪੋਸਟ ਕੀਤਾ ਸੀਗਾ ਐਂਡ ਉਸ ਤੋਂ ਮੈਨੂੰ ਮਤਲਬ ਕਿ ਥੋੜਾ ਟਾਈਮ ਬਾਅਦ ਮੈਨੂੰ ਇੱਕ ਕਿਸੇ ਦਾ ਰੋਸਟਰ ਦਾ ਮੈਸੇਜ ਆਇਆ ਵਟਸਐਪ ਤੇ ਹੈਲੋ ਮੈਂ ਕਿਹਾ ਹਾਏ ਹਾਂਜੀ ਕੌਣ ਉਹਨੇ ਆਪਣਾ ਨਾਮ ਦੱਸਿਆ ਮੈਂ ਕਿਹਾ ਹਾਂਜੀ ਬੋਲੋ ਉਹਨੇ ਮਤਲਬ ਕਿਵੇਂ ਨਾਲ ਗੱਲ ਕੀਤੀ ਐਂਡ ਉਸ ਤੋਂ ਬਾਅਦ ਉਹਨੇ ਮੈਨੂੰ ਕਾਲ ਕੀਤੀ ਕਾਲ ਕਰਕੇ ਬੋਲਿਆ ਸੀਗਾ ਜਾਂ ਕੁਛ ਵੀ ਕੋਈ ਵੀ ਪ੍ਰੋਬਲਮ ਸੀਗੀ ਉਹਨੂੰ ਮੇਰੀ ਵੀਡੀਓ ਰਿਲੇਟਡ ਤਾਂ ਉਹਨੇ ਮੈਨੂੰ ਮਤਲਬ ਕਿ ਬੋਲਿਆ ਐਂਡ ਚਲੋ ਠੀਕ ਹੈ ਮੈਂ ਉਹਨੂੰ ਇੰਨੀ ਗੱਲ ਵੀ ਬੋਲੀ ਮੈਂ ਕਿਹਾ ਚਲੋ ਠੀਕ ਹੈ ਸਰ ਅਗਰ ਤੁਹਾਨੂੰ ਮੇਰੀ ਵੀਡੀਓ ਨਾਲ ਕੋਈ ਵੀ ਪ੍ਰੋਬਲਮ ਹੈਗੀ ਹੈ ਤਾਂ ਤੁਸੀਂ ਮੈਨੂੰ ਦੱਸ ਦਿਓ ਮੈਂ ਆਪਣੀ ਜੋ ਵੀਡੀਓ ਹੈਗੀ ਆਪਣੀ ਪ੍ਰਾਈਵੇਟ ਕਰ ਦਿੰਦੀ ਹਾਂ ਐਂਡ ਉਹਦੇ ਵਿੱਚ ਕੁਝ ਥੰਬਨੇਲ ਸੀਗਾ ਮੈਨੂੰ ਕਿਹਾ ਤੁਸੀਂ ਥੰਬਨੇਲ ਜੋ ਲਿਖਿਆ ਤੁਹਾਨੂੰ ਲਿਖਣਾ ਚਾਹੀਦਾ ਸੀਗਾ ਮੈਂ ਕਿਹਾ ਚਲੋ ਠੀਕ ਹੈ ਸਰ ਅਗਰ ਤੁਹਾਨੂੰ ਥੰਬਨੇਲ ਨਹੀਂ ਵਧੀਆ ਲੱਗਿਆ ਹੈਗਾ ਤਾਂ ਮੈਂ ਥੰਬਨੇਲ ਵੀ ਚੇਂਜ ਕਰ ਦਿੰਦੀ ਹਾਂ ਅਗਰ ਤੁਹਾਨੂੰ ਵੀਡੀਓ ਨਹੀਂ ਵਧੀਆ ਲੱਗੀ ਤਾਂ ਮੈਂ ਆਪਣੀ ਵੀਡੀਓ ਪ੍ਰਾਈਵੇਟ ਕਰ ਦਿੰਦੀ ਹਾਂ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਚਲੋ ਠੀਕ ਹੈ ਤੁਸੀਂ ਦੱਸਿਆ ਚਲੋ ਵਧੀਆ ਗੱਲ ਹੈ ਨਾ ਬਾਅਦ ਵਿੱਚ ਬੋਲਦਾ ਯਾਰ ਤੁਹਾਡਾ ਚੈਨਲ ਹੈ ਤੁਸੀਂ ਦੇਖਣਾ ਹੈ ਕੀ ਕਰਨਾ ਹੈ ਕੀ ਨਹੀਂ ਕਰਨਾ ਹੈਗਾ ਮੈਂ ਕੌਣ ਹੁੰਦਾ ਮਤਲਬ ਇਦਾਂ ਗੱਲ ਕਰ ਰਿਹਾ ਸੀ ਰੂਮ ਐਂਡ ਮੇਰੀ ਗੱਲ ਸੁਣੋ ਅਗਰ ਤੁਸੀਂ ਕੁਝ ਹੁੰਦੇ ਹੀ ਨਹੀਂ ਸੀਗੇ ਤਾਂ ਤੁਸੀਂ ਮੈਨੂੰ ਕਾਲ ਕਿਉਂ ਕਰ ਰਹੇ ਸੀ ਕਿਸ ਪਰਪਸ ਲਈ ਤੁਸੀਂ ਮੈਨੂੰ ਕਾਲ ਕੀਤੀ ਸੀ ਨਾ ਕਰਦੇ ਫਿਰ ਕਾਲ ਉਹਨੂੰ ਇਹ ਦਿੱਕਤ ਸੀਗੀ ਕਿ ਇਸ ਤੋਂ ਪਹਿਲਾਂ ਆਪਾਂ ਕੰਟੈਂਟ ਲੈ ਕੇ ਆਉਂਦੇ ਸੀ ਹਾਂ ਬਸ ਉਹਨੂੰ ਇਹ ਪ੍ਰੋਬਲਮ ਹੋਈ ਸੀ ਕਿ ਹਾਂ ਹੋ ਸਕਦਾ ਉਹਨੇ ਵੀਡੀਓ ਪੋਸਟ ਕਰਨੀ ਹੋਏਗੀ ਉਸ ਤੋਂ ਪਹਿਲਾਂ ਅਸੀਂ ਵੀਡੀਓ ਪੋਸਟ ਕਰਤੀ ਆਈ ਥਿੰਕ ਮੈਨੂੰ ਲੱਗਦਾ ਸ਼ਾਇਦ ਇਸ ਤੱਕ ਇਹੀ ਪ੍ਰੋਬਲਮ ਹੋਏਗੀ ਹੋਰ ਤਾਂ ਕੋਈ ਪ੍ਰੋਬਲਮ ਹੋ ਨਹੀਂ ਸਕਦੀ ਹੈ ਕਿਆ ਇਦਾਂ ਮਤਲਬ ਕਹਿੰਦੇ ਨਾ ਕਿ ਬੰਦਾ ਕੈਮਰੇ ਵਿੱਚ ਹੋ ਰਿਹਾ ਤੇ ਰੀਅਲ ਲਾਈਫ 'ਚ ਕੁਝ ਹੋ ਰਿਹਾ ਉਦਾਂ ਸੇਮ ਉਦਾਂ ਉਹ ਬੰਦਾ ਹੈ ਬਿਲਕੁਲ ਬੋਲਣ ਦੀ ਉਹਨੂੰ ਸੈਂਸ ਨਹੀਂ ਕਿੱਦਾਂ ਬੋਲਣਾ ਚਾਹੀਦਾ ਹੈ ਕਿੱਦਾਂ ਨਹੀਂ ਬੋਲਣਾ ਚਾਹੀਦਾ ਐਂਡ ਆਪਣੇ YouTube ਤੇ ਬੋਲਦਾ ਉਹ ਕਿ ਹਾਂ ਚਲੋ ਠੀਕ ਆ ਹਰ ਇੱਕ ਕੁੜੀਆਂ ਭੈਣਾਂ ਨੇ ਕੁਝ ਵੀ ਹੈ ਐਂਡ ਰੀਅਲ ਲਾਈਫ 'ਚ ਬੋਲਦਾ ਨਾ ਤੂੰ ਮੇਰੀ ਭੈਣ ਲੱਗਦੀ ਆ ਨਾ ਮੈਂ ਤੇਰੀ ਭੈਣ ਲੱਗਦੀ ਆ ਨਾ ਤੂੰ ਮੇਰੇ ਰਿਸ਼ਤੇਦਾਰ ਆ ਨਾ ਤੂੰ ਮੇਰੀ ਆਈ ਨੋ ਮੈਨੂੰ ਪਤਾ ਨਾ ਤੂੰ ਮੇਰੇ ਰਿਸ਼ਤੇਦਾਰ ਨਾ ਮੈਂ ਤੇਰੇ ਰਿਸ਼ਤੇਦਾਰ ਆ ਠੀਕ ਹੈ ਬਟ ਇਹਨੂੰ ਐ ਨਹੀਂ ਪਤਾ ਤੈਨੂੰ ਚੜਾਉਣ ਵਾਲੀ ਵੀ ਜਨਤਾ ਹੈ ਤੈਨੂੰ ਉਤਾਰਨ ਵਾਲੀ ਵੀ ਜਨਤਾ ਹੀ ਆ ਤੇ ਜੇ ਕੁਝ ਬੋਲ ਰਿਹਾ ਸੋਚ ਸਮਝ ਕੇ ਬੋਲਿਆ ਕਰ ਪਹਿਲੀ ਗੱਲ ਤੇ ਮੇਰੀ ਹੈ ਉਹ ਤੋਂ ਕੁਝ ਸੀਰੀਅਸਲੀ ਮੈਂ ਨਾ ਉਹਦੇ ਕਾਫੀ ਟਾਈਮ ਤੋਂ ਉਹਦੀ ਵੀਡੀਓਜ਼ ਦੇਖਦੀ ਹੁੰਦੀ ਸੀਗੀ ਇਹ ਨਹੀਂ ਕਿ ਹੁਣ ਬਟ ਹੁਣ ਉਹ ਟਾਈਮ ਤੋਂ ਦੇਖਦੀ ਹੁੰਦੀ ਸੀਗੀ ਮੈਂ ਉਹਦੀ ਵੀਡੀਓ ਐਂਡ ਜਦੋਂ ਮੈਨੂੰ ਪਤਾ ਚੱਲਿਆ ਨਾ ਕਿ ਹਾਂ ਉਹ ਇੰਨਾ ਰੂਡਲੀ ਬੋਲਦਾ ਹੈ ਕੁਝ ਵੀ ਹੈ ਫਿਰ ਉਸ ਤੋਂ ਬਾਅਦ ਵੀਡੀਓਜ਼ ਦੇਖਣੇ ਵੀ ਬੰਦ ਕਰ ਦਿੱਤੀਆਂ ਇਸ ਤੋਂ ਬੰਦੇ ਨੂੰ ਪਤਾ ਚੱਲਦਾ ਹੈ ਕਿ ਹਾਂ ਕੌਣ ਕਿੱਦਾਂ ਬੋਲਦਾ ਹੈ ਛੋਟ ਛੋਟੋ ਪਾ ਇਸ ਟਾਪਿਕ ਦੀ ਗੱਲ ਕਰਦੇ ਹਾਂ ਬੋਲੂੰਗੀ ਇੱਕ ਗੱਲ ਸੋਰੀ ਇੱਕ ਗੱਲ ਮੈਂ ਹੋਰ ਬੋਲੂੰਗੀ ਕਿ ਚਲ ਠੀਕ ਹੈ ਅਗਰ ਤੈਨੂੰ ਕੋਈ ਪ੍ਰੋਬਲਮ ਸੀਗੀ ਜਾਂ ਕੁਝ ਵੀ ਸੀਗਾ ਨਾ ਤਾਂ ਤੂੰ ਮੈਨੂੰ ਡਾਇਰੈਕਟ ਸਿੱਧਾ ਮੈਨੂੰ ਮੇਰੇ ਵਟਸਐਪ ਤੇ ਵਟਸਐਪ ਤੇ ਚਲੋ ਠੀਕ ਹੈ ਤੂੰ ਮੈਨੂੰ ਡਾਇਰੈਕਟ ਇਹਦੇ ਤੇ ਮੈਨੂੰ ਕਾਲ ਕਰ ਤੂੰ ਮੈਨੂੰ ਮੈਸੇਜ ਕਰਦਾ ਕਿਉਂਕਿ ਮੇਰੀ YouTube ਦੇ ਵਿੱਚ ਮੇਰਾ ਇੰਸਟਾ ਅਟੈਚ ਹੈਗਾ ਤੂੰ ਮੈਨੂੰ ਮੇਰੀ ਇੰਸਟਾ ਤੇ ਮੈਸੇਜ ਕਰਦਾ ਜਾਂ ਕੁਝ ਵੀ ਸੀਗਾ ਕੋਈ ਵੀ ਪ੍ਰੋਬਲਮ ਸੀ ਅਗਰ ਤੈਨੂੰ ਮੈਂ ਆਪਣੀ ਇੰਸਟਾ ਦਾ ਮੈਸੇਜ ਅਗਰ ਤੈਨੂੰ ਰਿਪਲਾਈ ਨਾ ਕਰਦੀ ਹੈ ਨਾ ਤਾਂ ਫਿਰ ਤੂੰ ਮੇਰੇ ਕੋਲ ਕਿਸੇ ਕੋਲ ਨੰਬਰ ਲੈ ਸਕਦਾ ਸੀਗਾ ਐਂਡ ਤੂੰ ਕੀ ਕੀਤਾ ਮੇਰਾ ਨੰਬਰ ਲੈ ਕੇ ਕਿਸੇ ਕੋਲ ਮੈਨੂੰ ਕਾਲ ਕਰ ਰਿਹਾ ਵਾ ਇਹ ਤੇਰੀ ਕਿੰਨੀ ਹੀ ਵਧੀਆ ਗੱਲ ਹੈਗੀ ਸਭ ਤੋਂ ਘਟੀਆ ਗੱਲ ਕੀਤੀ ਹੈ ਜਿਹੜਾ ਤੂੰ ਕਿਸੇ ਕੋਲ ਮੇਰਾ ਨੰਬਰ ਲੈ ਕੇ ਮੈਨੂੰ ਕਾਲ ਕੀਤੀ ਚਲੋ ਛੱਡੋ ਆਪਾਂ ਕੀ ਗੱਲ ਕਰੀਏ ਟੌਪਿਕ ਤੇ ਖਤਮ ਕਰਦੇ ਆਂ ਆਪਾਂ ਇੱਕ ਨਿਊ ਟੌਪਿਕ ਦੀ ਗੱਲ ਕਰਨ ਜਾ ਰਹੇ ਆਂ ਆਪਾਂ ਅੱਜ ਕੱਲ੍ਹ ਨਾ ਮਤਲਬ ਵਲੌਗ ਚੱਲ ਰਿਹਾ ਮਤਲਬ ਸੋਸ਼ਲ ਮੀਡੀਆ ਤੇ ਕੁਝ ਵੀ ਚੱਲ ਰਿਹਾ YouTube ਤੇ ਫੋਨ ਚੱਕਿਆ ਆ ਫੋਨ ਯਾ ਤੈਨੂੰ ਆਈ ਥਿੰਕ ਪਤਾ ਲੱਗ ਗਿਆ ਨਾ ਮੈਂ ਕਿਸ ਬਾਰੇ ਗੱਲ ਕਰਨ ਲੱਗਾ ਮੇਰਾ ਫੋਨ ਫੋਨ ਤਾਂ ਲੋ ਇਹਨਾਂ ਦਾ ਹੀ ਆ ਬਟ ਫੋਨ ਚੱਕਣ ਦਾ ਨਵਾਂ ਟ੍ਰੈਂਡ ਹੀ ਚੱਲ ਗਿਆ ਆਪਾਂ ਗੱਲ ਕਰਨ ਜਾ ਰਹੇ ਹਾਂ ਸਨੇਹਾ ਕਤਿਆਲ ਤੇ ਯੈਸ ਤੇ ਮਤਲਬ ਉਹਨਾਂ ਦਾ ਇੱਕ ਵਲੌਗ ਆਇਆ ਸੀ ਮੈਂ ਦੇਖ ਕੇ ਉਹਨੂੰ ਵਲੌਗ ਦੇਖ ਕੇ ਨਾ ਗੁੱਸਾ ਤਾਂ ਆ ਹੀ ਰਿਹਾ ਸੀ ਐਰਪਲੇਨ ਜਾ ਰਿਹਾ ਗਾਇਸ ਚਲੋ ਚਲੋ ਯਾਰ ਚਾਲਾ ਨੂੰ ਚੈਨਲ ਕੋਈ ਚੱਲਿਆ ਹੋਣਾ ਕੈਨੇਡਾ ਕੁੰਡਾ ਛੱਡੋ ਬਲੌਗ ਨਹੀਂ ਚੱਲਣਾ ਹੋਣਾ ਯਾਰ ਬਲੌਗ ਨਹੀਂ ਚੱਲਣਾ ਹੋਣਾ ਪੱਕੀ ਗੱਲ ਅੱਜ ਕੱਲ ਤਾਂ ਨਵਾਂ ਹੀ ਟ੍ਰੈਂਡ ਚੱਲ ਗਿਆ ਬਈ ਕੈਨੇਡਾ ਜਾ ਕੇ ਬਲੌਗ ਸ਼ੂਟ ਕਰਨਾ ਹੀ ਇਹ ਉਹ ਜੋ ਪਛਾਣ ਪਰ ਮੇਨ ਟਾਪਿਕ ਦੀ ਗੱਲ ਕਰਦੇ ਆ ਮਤਲਬ ਕੀ ਯਾਰ ਸਨੇਹਾ ਕਤਿਆਲ ਜੀ ਨੂੰ ਮਤਲਬ ਇਦਾਂ ਬਲੌਗ ਪਾਇਆ ਮਤਲਬ ਕੀ ਕੁਝ ਵੀ ਯਾਰ ਡੇਲੀ ਬਲੌਗ ਬੰਦਾ ਪਾਉਂਦਾ ਅੱਜ ਕੱਲ੍ਹ ਜਦੋਂ ਬੰਦਿਆਂ ਡੇਲੀ ਬਲੌਗ ਦਾ ਕਰਦਾ ਡੇਲੀ ਰੂਟੀਨ ਵਾਲੇ ਕੀ ਕਰਦੇ ਮਤਲਬ ਮੈਡਮ ਜੀ ਦਾ ਮੈਂ ਇੱਕ ਬਲੌਗ ਦੇਖ ਰਿਹਾ ਮੈਨੂੰ ਵਲੌਗ ਐਡ ਮੈਂ ਦੇ ਕੇ ਹਾਸਾ ਨਿਕਲਦਾ ਪਿਆ ਕਿ ਮੈਡਮ ਇੱਕ ਸਾਈਡ ਬਿਮਾਰ ਬੈਠੀ ਆ ਉੱਤੋਂ ਮੈਡਮ ਗੱਲ ਕਰ ਰਹੀ ਯਾਰ ਆ ਫੋਨ ਚੁੱਕਿਆ ਥੋੜ੍ਹੀ ਮੈਂ ਤੁਹਾਨੂੰ ਟੈਕਟਲ ਦਿਖਾਉਣਾ ਫੋਨ ਗਾਇਸ ਮੈਂ ਬਿਮਾਰ ਰਹਿ ਰਹੀ ਹਾਂ ਮੇਰਾ ਗਲਾ ਖਰਾਬ ਆ ਮੇਰਾ ਮਤਲਬ ਅੱਜ ਕੱਲ੍ਹ ਮੌਸਮ ਇੱਦਾਂ ਚੱਲਿਆ
ਹੋਣਾ ਆ ਮੈਂ ਨਹੀਂ ਠੀਕ ਹੈਗੀ ਵੈਸੇ ਕੋਈ ਵੀ ਨਹੀਂ ਠੀਕ ਹੈਗਾ ਜਿਹਨੂੰ ਪੁੱਛੋ ਉਹਦਾ ਗਲਾ ਖਰਾਬ ਆ ਬੁਖਾਰ ਆ ਤੇ ਮੇਰੇ ਤੇ ਵੀ ਮੌਸਮ ਨੇ ਕੁਛ ਐਸਾ ਹੀ ਕੈਰਟ ਆਇਆ ਆ ਮੇਰਾ ਵੀ ਗਲਾ ਬਹੁਤ ਜ਼ਿਆਦਾ ਖਰਾਬ ਆ ਤੇ ਫੀਵਰ ਬਹੁਤ ਜ਼ਿਆਦਾ ਆ ਅੱਛਾ ਤੈਨੂੰ ਪਤਾ ਹਰ ਕੇ ਬਿਮਾਰ ਹੋ ਰਿਹਾ ਨਹੀਂ ਹੋ ਰਿਹਾ ਅੰਤਰੀਆਮੀ ਬਾਬਾ ਜੀ ਯੁੱਤੀ ਸ਼ਾਇਦ ਕੋਈ ਤੁਹਾਨੂੰ ਪਤਾ ਚੱਲੇਗਾ ਹੁਣ ਮਤਲਬ ਤੁਸੀਂ ਬਿਮਾਰ ਹੋ ਇਹਦਾ ਮਤਲਬ ਐਸਾ ਨਹੀਂ ਕਿ ਸਾਰੀ ਬਿਮਾਰ ਆ ਨਹੀਂ ਤੇ ਉਸ ਤੋਂ ਬਾਅਦ ਮੈਡਮ ਚੱਲੇ ਆ ਜੀ ਮੈਂ ਚੱਲੀ ਦਵਾਈ ਲੈਣ ਕੈਮਿਸਟਰੀ ਸ਼ਾਪ ਜਾਂ ਮੈਡੀਕਲ ਤੇ ਮੈਡਮ ਜੀ ਜਿੱਦਾਂ ਕਹਿ ਰਹੇ ਨੇ ਤੇ ਮੈਂ ਫੋਨ ਚੱਕਿਆ ਸੀ ਬੰਦਾ ਹੁੰਦਾ ਕਿ ਚੱਲ ਚੱਲੇ ਆ ਫੋਨ ਹੱਥ 'ਚ ਮੈਂ ਪ੍ਰੈਕਟੀਕਲ ਨਾਲ ਨਾ ਕਰਦਾ ਦਿਖਾਊਂਗਾ ਠੀਕ ਆ ਚੱਲੇ ਆ ਮੈਂ ਇੱਧਰ ਦਵਾਈ ਲੈਣ ਤੇ ਮੈਨੂੰ ਕਿਸੇ ਨੇ ਕਿਹਾ ਕਿ ਗਲਾ ਜਦੋਂ ਖਰਾਬ ਹੋਵੇ ਨਾ ਗੋਲ ਗੱਪੇ ਖਾਣੇ ਚਾਹੀਦੇ ਕਿਉਂਕਿ ਹੁਣ ਬਸ ਹੁਣ ਨਾ ਮੈਂ ਸੁਣਿਆ ਵੀ ਜਦੋਂ ਬੰਦੇ ਨੂੰ ਗਲਾ ਖਰਾਬ ਹੁੰਦਾ ਨਾ ਗੋਲ ਗੱਪੇ ਖਾਣੇ ਚਾਹੀਦੇ ਆ ਕਿਹਨੇ ਗਿਆ ਕਿਹਨੇ ਗਿਆ ਗੋਲ ਗੱਪੇ ਖਾਣੇ ਚਾਹੀਦੇ ਮੇਰਾ ਫੋਨ ਟੁੱਟ ਗਿਆ ਨਾ ਫੋਨ ਟੁੱਟਦਾ ਮਤਲਬ ਬੰਦਾ ਕੁਝ ਵੀ ਆ ਲੈ ਕੀ ਮਤਲਬ ਗਲਾ ਖਰਾਬ ਆ ਗੋਲ ਗੱਪੇ ਖਾਣੇ ਕਿ ਦਵਾਈਆਂ ਖਤਮ ਹੋ ਗਈਆਂ ਮੁੱਕ ਗਈਆਂ ਦਵਾਈਆਂ ਯਾ ਜੋ ਆਰਾਮ ਗੋਲ ਗੱਪੇ ਨਾਲ ਅਨੰਦ ਲਈਆਂ ਤੁਹਾਡੀ ਨਾਲ ਉਹ ਤੋਂ ਮੈਡਮ ਕਹਿ ਰਹੇ ਨੇ ਕਿ ਇਹ ਮੇਰਾ ਗਲਾ ਖਰਾਬ ਆ ਸਵੇਰ ਦਾ ਸਿਰ ਦੋ ਕੁੱਟ ਚਾਹ ਪੀਤੀ ਆ ਤੇ ਦੋ ਰੋਟੀਆਂ ਖਾਧੀਆਂ ਨੇ ਦੋ ਰੋਟੀਆਂ ਇੱਕ ਮੇਰਾ ਪਤਾ ਨਹੀਂ ਮੂੰਹ ਇੰਨਾ ਕੌੜਾ ਹੋਇਆ ਹੋਇਆ ਨਾ ਸਵੇਰ ਦੀ ਦੋ ਕੁੱਟ ਚਾਹ ਪੀਤੀ ਆ ਦੋ ਫੁਲਕੇ ਖਾਧੇ ਆ ਬਸ ਕੁਝ ਖਾਧਾ ਨਹੀਂ ਜਾ ਰਿਹਾ ਕੁਝ ਤੇ ਕੁਝ ਵੀ ਦੋ ਰੋਟੀਆਂ ਇੱਕ ਸਾਈਡ ਤੇ ਕਰੇ ਮੈਨੂੰ ਭੁੱਖ ਨਹੀਂ ਲੱਗ ਰਹੀ ਮੈਂ ਉਹ ਤਾਂ ਦੋ ਰੋਟੀਆਂ ਵੀ ਖਾ ਲਈਆਂ ਉਹ ਤਾਂ ਦੋ ਰੋਟੀਆਂ ਗਾਲੀ ਸਮੇਂ ਲੱਗੀ ਦੋ ਰੋਟੇ ਨੂੰ ਆਪਾਂ ਕੀ ਕਰਾਂ ਯਾਰ ਦੋ ਰੋਟੀਆਂ ਉਹ ਸਾਡੇ ਚਾਹ ਦੋ ਰੋਟੀਆਂ ਆਪਾਂ ਜਿੱਦਾਂ ਹੁਣ ਇੱਕ ਟਾਈਮ ਦੀ ਮੈਨੂੰ ਲੱਗਦਾ ਸੱਤ ਅੱਠ ਰੋਟੀਆਂ ਖਾਂਦੀ ਹੋਊਗੀ ਉਹ ਸ਼ਾਮ ਨੂੰ ਦੋ ਰੋਟੀਆਂ ਖਾ ਕੇ ਵੀ ਸਰੀਰ ਦਾ ਕੀ ਬੰਦਾ ਸੀ ਚਲੋ ਉਸ ਤੋਂ ਬਾਅਦ ਨਾ ਮੈਡਮ ਜੀ ਕਹਿ ਰਹੇ ਨੇ ਸਨੇਹਾ ਮੈਮ ਕਹਿ ਰਹੇ ਨੇ ਕਿ ਮੈਂ ਚੱਲੀ ਆ ਮਤਲਬ ਮੇਰਾ ਮਨ ਕਹਿੰਦੇ ਨੇ ਕਿ ਬਿਮਾਰ ਚ ਮਨ ਇੱਕ ਹੁੰਦਾ ਬੰਦਾ ਬਿਮਾਰ ਹੁੰਦਾ ਨਾ ਬੰਦਾ ਦਿਲ ਕਰਦਾ ਯਾਰ ਫੋਨ ਸਿੱਟੋ ਰੈਸਟ ਕਰੋ ਰੈਸਟ ਰੈਸਟ ਹੁੰਦੀ ਹੈ ਪਤਾ ਹੈ ਕਿ ਨਾ ਬਿਮਾਰ ਚ ਬੰਦਾ ਰੈਸਟ ਕਰਦਾ ਕੁਝ ਖਾਣ ਪੀਣ ਦਾ ਮਨ ਨਹੀਂ ਕਰਦਾ ਮੈਡਮ ਕਹਿੰਦੀ ਆ ਵਧੀਆ ਜਿਹਾ ਖਾਵਾ ਡੋਮਿਨੋਜ਼ ਦੀ ਨਾ ਪੈਪਰੋਨੀ ਗਾਰਲਿਕ ਬ੍ਰੈਡ ਓ ਭਾਈ ਮਾਰੋ ਮੁਝ ਮਾਰੋ ਮਾਰੋ ਮੁਝੇ ਮਾਰੋ ਮਾਰੋ ਨਹੀਂ ਇਹ ਮਜ਼ਾਕ ਹੋ ਰਿਹਾ ਇੱਕ ਸੈਕਿੰਡ ਯਾਰ ਮਜ਼ਾਕ ਹੋ ਰਿਹਾ ਨਹੀਂ ਗਾਇਸ ਮਤਲਬ ਕਿ ਇੱਕ ਮਿੰਟ ਇੱਦਾਂ ਕਹਿੰਦੇ ਗਾਇਸ ਮੇਰਾ ਬਿਮਾਰ ਚ ਨਾ ਬੰਦੇ ਦਾ ਮਨ ਕਰਦਾ ਕਿ ਡੋਮਿਨੋ ਦਾ ਪੀਜ਼ਾ ਪੈਪਰੋਨੀ ਬ੍ਰੈਡ ਕੁਝ ਵੀ ਬੰਦਾ ਹੁੰਦਾ ਕਿ ਕੁਝ ਖਾਧਾ ਪੀਤਾ ਨਹੀਂ ਜਾਂਦਾ ਮੈਡਮ ਜੀ ਕਹਿੰਦੇ ਨੇ ਡੋਮਿਨੋ ਦਾ ਪੀਜ਼ਾ ਕੁਝ ਵੀ ਮਤਲਬ ਬ੍ਰੈਡ ਡੋਮਿਨੋਜ਼ ਗੋਲ ਗੱਪੇ ਚਲੋ ਚੱਲਦੇ ਹਾਂ ਡਾਕਟਰ ਜੀ ਮੈਡਮ ਜੀ ਕਹਿੰਦੇ ਰਾਤ ਚ ਇਹਨਾਂ ਨੂੰ ਗੋਲ ਗੱਪੇ ਦੇਖੇ ਪਹੁੰਚ ਚੁੱਕਿਆ ਗੋਲ ਗੱਪੇ ਵਾਲੇ ਕੋਲ ਆਪਾਂ ਖਾਵਾਂਗੇ ਗੋਲ ਗੱਪੇ ਕਿਉਂਕਿ ਆਪਾਂ ਹੈਗੇ ਆ ਬਿਮਾਰ ਵੀ ਹੋਇਆ ਡਾਕਟਰ ਕੋਲ ਹੋ ਰਿਹਾ ਡਾਕਟਰ ਕੈਮਿਸਟ ਜਾਂ ਡਾਕਟਰ ਹੈ ਪਤਾ ਨਹੀਂ ਜਾ ਕੇ ਦਵਾਈ ਲੈ ਕੇ ਆਪਾਂ ਮੈਡੀਸਨ ਲੈ ਆਏ ਆ ਜੀ ਜਾ ਰਹੇ ਨੇ ਗੋਲ ਗੱਪੇ ਖਾ ਕੇ ਤੇ ਸਿੱਧਾ ਗੋਲ ਗੱਪੇ ਸਿੱਧੀ ਮੈਡਮ ਜੀ ਪਹੁੰਚ ਗਏ ਡਾਕਟਰ ਦੀ ਦੁਕਾਨ ਤੇ ਤੇ ਕਹਿ ਰਹੇ ਡਾਕਟਰ ਨੂੰ ਦਵਾਈ ਲੈਂਦੇ ਆ ਦਵਾਈ ਲੈਣ ਤੋਂ ਸਿੱਧੀ ਘਰੇ ਪਹੁੰਚ ਗਏ ਅੱਜ ਦੀ ਦਵਾਈ ਆ ਰਾਤ ਦੀ ਇਹ ਮੇਰੀ ਦੁਪਹਿਰ ਦੀ ਦਵਾਈ ਆ ਇਹ ਮੇਰੀ ਹੁਣ ਦੀ ਦਵਾਈ ਆ ਇੱਕ ਦੋ ਤਿੰਨ ਗੋਲੀਆਂ ਖਾਣੀਆਂ ਆ ਹੁਣ ਤੇ ਸਾਨੂੰ ਵੀ ਪਾ ਦਵਾਈ ਲੈ ਕੇ ਦਵਾਈ ਖਾਣੀ ਆ ਤੇ ਡਾਕਟਰ ਨੇ ਕਿਹਾ ਜੇ ਤੁਹਾਨੂੰ ਇਹਨਾਂ ਰਿਲੀਫ ਮਿਲਦਾ ਫਰਕ ਪੈਂਦਾ ਤਾਂ ਠੀਕ ਹੈ ਨਹੀਂ ਤੁਹਾਨੂੰ ਐਡਮਿਟ ਕੀਤਾ ਜਾਏਗਾ ਮੈਡਮ ਡਾਕਟਰ ਨੇ ਕਿਹਾ ਵੀ ਨਹੀਂ ਆਪਣੇ ਵੱਲੋਂ ਹੀ ਮਤਲਬ ਹਾਂ ਆਪਣੇ ਵੱਲੋਂ ਕੁਝ ਵੀ ਕਹਿੰਦੇ ਨਹੀਂ ਤੇ ਫਿਰ ਇਹ ਟਾਈਫਾਈਡ ਆ ਫਿਰ ਮੈਂ ਤੁਹਾਨੂੰ ਹਸਪੀਟਲ ਮਿਲੂੰਗੀ ਨਿਕਲ ਆ ਥਰਮਾਮੀਟਰ ਸੋਰੀ ਛੱਡੋ ਥਰਮਾਮੀਟਰ ਜੀ ਛੱਡੋ ਇਸ ਟਾਈਮ ਤਾਂ ਆਈ ਆ ਫੋਨ ਦਾ ਕਵਰ ਨਿਕਲ ਨਹੀਂ ਥਰਮਾਮੀਟਰ ਦਿਖਾ ਰਿਹਾ ਕੁਝ ਵੀ ਦਿਖਾਉਣਾ
ਡੇਲੀ ਵਲੌਗ ਆ, ਵਲੌਗ ਦਿਖਾਉਣਾ ਜ਼ਰੂਰੀ ਹੈ ਲੋਕਾਂ ਨੂੰ। ਨਿਕਲ ਗਿਆ, ਚੈੱਕ ਕੀਤਾ ਮੈਡਮ ਜੀ ਨੇ ਅਤੇ ਥੋੜ੍ਹੀ ਦੇਰ ਬਾਅਦ ਦਿਖਾਇਆ ਕਿ ਹਾਂ ਇੰਨਾ ਬੁਖਾਰ ਆ। ਪਹਿਲਾਂ ਕਹਿੰਦੀ ਮੈਂ ਉੱਥੇ ਚੈੱਕ ਕੀਤਾ ਸੀ 102 ਬੁਖਾਰ ਆ, ਇੱਥੇ ਚੈੱਕ ਕੀਤਾ 100 ਆ, ਫਿਰ ਕਹਿੰਦੀ ਸ਼ਾਇਦ ਮੈਨੂੰ ਲੱਗਦਾ 101 ਆ। ਕੁਝ ਨਹੀਂ ਸ਼ਾਇਦ ਲੱਗਦਾ ਨਹੀਂ। ਅੱਛਾ ਇੱਕ ਮਿੰਟ ਚੈੱਕ ਕਰ ਲੂੰਗਾ, ਫਿਰ ਮੈਂ ਫਿਰ ਤੁਹਾਨੂੰ ਦੱਸਦੀ ਹਾਂ। ਬੁਖਾਰ ਹੈਗਾ ਆ ਮੈਨੂੰ 100, ਜਦੋਂ ਪਹਿਲਾਂ ਟੈਸਟ ਕੀਤਾ ਸੀ ਉਦੋਂ 102 ਸੀਗਾ, ਹੁਣ ਹੈਗਾ ਆ ਇਹ 100 ਆ ਕਿ 101 ਨੇ, 101 ਨੇ ਆ ਸ਼ਾਇਦ। ਇੱਕ ਕੰਮ ਕਰ, 200 ਰੁਪਏ ਦੇ ਔਰ 50 ਰੁਪਏ ਘੱਟ ਓਵਰ ਐਕਟਿੰਗ ਵਿੱਚ। ਚਲੋ ਆਪਾਂ ਨੈਕਸਟ ਟੌਪਿਕ ਦੀ ਗੱਲ ਕਰਦੇ ਹਾਂ, ਕੀ ਕਹਿ ਸਕਦੇ ਮੈਡਮ ਜੀ ਦਾ ਬੁਖਾਰ ਆ। ਮੈਡਮ ਕੰਟੈਂਟ ਲਈ ਵਾਸਤੇ ਕੁਛ ਵੀ ਕਰ ਸਕਦੇ ਹਾਂ, ਚਲੋ ਕੰਟੈਂਟ ਹੈਗਾ ਉਹ ਚੱਲਦਾ, ਕੰਟੈਂਟ ਲੈ ਕੇ ਰੈਸਟ ਕਰੋ। ਮੈਂ ਤਾਂ ਕਹਿੰਦਾ ਵੀ ਜਲਦੀ ਠੀਕ ਹੋ ਜਾਓ। ਠੀਕ ਹੋ ਗਈ ਯਾਰ, ਹੋ ਗਈ ਆ। ਚਲੋ ਅਗਲਾ ਮੈਡਮ ਨੈਕਸਟ ਡੇ ਕਹਿ ਸਕਦੇ ਹਾਂ, ਨੈਕਸਟ ਵਲੌਗ ਦੇ ਵਿੱਚ ਮੈਡਮ ਫਿਰ ਕਹਿ ਰਹੇ ਨੇ, ਨੈਕਸਟ ਟੌਪਿਕ ਦੀ ਗੱਲ ਕਰਦੇ ਹਾਂ ਆਪਾਂ ਫਿਰ ਵੀ। ਅਤੇ ਮੈਡਮ ਜੀ ਕਹਿ ਰਹੇ ਨੇ ਬਾਹਰ ਗਾਰਡਨ 'ਚ ਬੈਠੇ ਨੇ, ਫੋਨ ਅਜੇ ਵੀ ਹੱਥ 'ਚ ਆ। ਮੈਨੇ ਪਤਾ ਨਹੀਂ ਲੱਗਦਾ, ਫੋਨ ਦੇ ਹੱਥ ਦੇ ਵਿੱਚ ਰੋਡ ਫਸਾਈ ਕਿ ਮੈਡਮ ਹੱਥ ਐਂ ਰਹਿੰਦਾ। ਬਾਤ ਸਹੀ ਹੈ, ਦੌੜਨਾ ਤਾਂ ਪੜਤਾ ਹੈ, ਐਂ ਰਹਿੰਦਾ ਹੱਥ ਜਿੱਥੇ ਜਾਂਦੀ। ਮੈਡਮ ਹਾਂ ਜੀ ਮੇਰਾ ਵਲੌਗ ਇੱਦਾਂ ਇੱਦਾਂ ਹੋ ਗਿਆ, ਮਤਲਬ ਮੈਂ ਵੀ ਇੱਦਾਂ ਕਰਾਂ ਗਾਇਸ। ਬਸ ਸਬਰ ਜਾ ਕਰ ਲਈ ਵੇ, ਓ ਤੁਹਾਡਾ ਬੈਰੇ ਬੇੜਾ ਜਨਤਾ ਨੂੰ ਦਿਖਾਉਣਾ, ਮਤਲਬ ਪੂਰਾ ਡਿਟੇਲ ਨਾ ਦਿਖਾਣਾ ਕਿ ਹਾਂ ਮੈਂ ਐ ਡਿੱਗੀ ਆ। ਫੋਨ ਬੰਦਾ ਐਕਚੁਅਲੀ ਦੇ ਵਿੱਚ ਐ ਹੁੰਦਾ ਕਿ ਬੰਦਾ ਡਿੱਗਦਾ ਤੇ ਹੱਥ ਪੈਰ ਬੰਦਾ ਕਿ ਸੇਫ ਬਚਾਉਣ ਲਈ ਹੱਥ ਲਾਉਂਦਾ, ਪਰ ਨਾ ਮੈਡਮ ਜੀ ਨੇ ਇੱਕ ਹੱਥ ਥੱਲੇ ਫੋਨ ਹੈ, ਡਿੱਗੇ ਵੀ ਪ੍ਰੋਪਰ ਦਿਖਾ ਕੇ ਐ ਮੈਂ ਡਿੱਗੇ, ਉਹ ਤਾਂ ਬੋਲ ਵੀ ਰਹੇ ਕਿ ਹਾਂ ਕੁਝ ਨੀ ਕੁਝ ਨੀ, ਜਨਤਾ ਬੇਵਕੂ ਬਣ ਜਾਂਦੀ ਆ। ਦਿਖਾਵਾਂਗੇ ਤੁਸੀਂ ਕਹੋਗੇ ਹਾਂ, ਉਹਦੇ ਥੋੜਾ ਕੰਮ ਚੱਲ ਰਿਹਾ ਹਜੇ ਫਿਲਹਾਲ, ਥੋੜੀ ਪੂਰੀ ਕਲਿੱਪਸ ਵਗੈਰਾ ਕਾਫੀ ਕੁਝ ਪਈਆਂ ਹੋਈਆਂ ਨੇ ਪੈਂਡਿੰਗ 'ਚ ਹੈ, ਤੇ ਤੁਹਾਨੂੰ ਹੋ ਸਕਦਾ ਇੱਕ ਦੋ ਦਿਨ 'ਚ ਤੁਹਾਨੂੰ ਵਲੌਗ ਆ ਉਹ ਵੀ ਆ ਜਾਏਗਾ। ਤੇ ਆਇਆ ਵਲੌਗ ਵਧੀਆ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਔਰ ਚੈਨਲ ਸਬਸਕ੍ਰਾਈਬ ਕਰਨਾ। ਮਿਲਦੇ ਹਾਂ ਅਲੱਗ ਨੈਕਸਟ ਵਲੌਗ ਦੇ ਵਿੱਚ, ਟੇਕ ਕੇਅਰ, ਬਾਏ।